ਰੰਧਾ ਵਾ ਕਰਨਦੀਪ ਯੂਟਿਊਬ ਦੇ ਸਾਰੇ ਹੀ ਸਰੋਤਿਆਂ ਨੂੰ ਕਰਨਦੀਪ ਕਾ ਕਮੀ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ਼੍ਰੀ ਅਕਾਲ ਆਖਦੀ ਹੈ ਜੀ। ਕੀ ਹਾਲ ਚਾਲ ਹੈ ਦੋਸਤੋ, ਕਿਵੇਂ ਚੱਲ ਰਹੀ ਹੈ ਜ਼ਿੰਦਗੀ? ਹਰ ਇਨਸਾਨ ਨੂੰ ਗੁਲਝੇਵਾਂ ਹੈ, ਪਰ ਅਸੀਂ ਦੇਖਦੇ ਹਾਂ ਕਿ ਤੁਸੀਂ ਜੋ ਪੰਜਾਬੀ ਕਾਵਰੂਪਾਂ ਨੂੰ ਪਸੰਦ ਕਰਦੇ ਹੋ, ਉਹਨਾਂ ਦੀ ਸਲਾਹਤਾ ਕਰਦੇ ਹੋ, ਬੜੇ ਹੀ ਸੁਭਾਗੇ ਹੋ ਜੋ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਵਿੱਚ, ਉਸਦੀ ਦੇਖ ਰੇਖ ਕਰਨ ਵਿੱਚ ਯੂਟਿਊਬ ਚੈਨਲਾਂ ਦੀ ਸਹਾਇਤਾ ਕਰਦੇ ਹੋ, ਸੋਹਣੇ ਸੋਹਣੇ ਕੰਪਲੀਮੈਂਟ ਦਿੰਦੇ ਹੋ। ਇਸੇ ਕਰਕੇ ਹੀ ਜੋ ਗੀਤ ਗਾਉਂਦਾ ਹੈ ਉਸਦਾ ਮਨ ਕਰਦਾ ਹੈ ਕਿ ਉਹ ਹੋਰ ਗੀਤ ਲੈ ਕੇ ਹੋਰ ਗੀਤ ਲੈ ਕੇ ਆਪ ਜੀ ਦੀ ਕਚਹਿਰੀ ਵਿੱਚ ਹਾਜ਼ਰ ਹੁੰਦਾ ਰਹੇ। ਇਸੇ ਤਹਿਤ ਮੈਂ ਇੱਕ ਮਾਂ ਬਾਪ ਨਾਲ, ਮਾਂ ਬਾਪ ਦੇ ਪਿਆਰ ਨਾਲ ਸੰਬੰਧਿਤ ਗੀਤ ਲੈ ਕੇ ਹਾਜ਼ਰ ਹੋ ਰਹੀ ਹਾਂ ਕਿ ਕਿਵੇਂ ਧੀਆਂ ਨੂੰ ਆਪਣੇ ਮਾਪਿਆਂ ਦਾ ਮਾਣ ਹੁੰਦਾ ਹੈ, ਕਿ ਮਾਂ ਬਾਪ ਦੇ ਜਿਉਂਦਿਆਂ ਧੀਆਂ ਦੀ ਕਦਰ ਕਿਸ ਤਰ੍ਹਾਂ ਹੁੰਦੀ ਹੈ, ਅਤੇ ਬਾਅਦ ਵਿੱਚ ਸ਼ਾਇਦ ਧੀਆਂ ਅਣਗੌਲੀਆਂ ਵੀ ਹੋ ਜਾਂਦੀਆਂ। ਮੈਂ ਨਹੀਂ ਕਹਿੰਦੀ ਕਿ ਹਰ ਜਗ੍ਹਾ ਅਜਿਹਾ ਹੀ ਹੁੰਦਾ, ਪਰ ਅਕਸਰ ਦੇਖਿਆ ਜਾਂਦਾ ਹੈ ਕਿ ਕੁਛ ਧੀਆਂ ਨੂੰ ਅਣਗੌਲਿਆ ਕੀਤਾ ਜਾਂਦਾ। ਅਜਿਹਾ ਨਹੀਂ ਕਰਨਾ ਚਾਹੀਦਾ। ਬਾਕੀ ਚਲੋ ਆਪਣੇ ਆਪਣੇ ਸਭ ਦੇ ਵਿਚਾਰ ਹਨ, ਮੈਂ ਇਸ ਬਾਰੇ ਕੋਈ ਜ਼ਿਕਰ ਨਹੀਂ ਕਰਾਂਗੀ। ਗੀਤ ਦੇ ਬੋਲ ਬੜੇ ਹੀ ਪਿਆਰੇ ਹਨ। ਚਲੋ ਫਿਰ ਆਪਾਂ ਗਾਉਂਦੇ ਹਾਂ, ਤੁਸੀਂ ਵੀ ਮੇਰੇ ਨਾਲ ਗੁੰਗੁਣਾਓ ਅਤੇ ਗੀਤ ਦਾ ਆਨੰਦ ਲਓ। ਬਾਬਲ ਨੇ ਸੱਦੀਆਂ ਧੀਆਂ ਚਿੱਠੀਆਂ ਤਾਂ ਭੇਜ ਕੇ, ਮਾਵਾਂ ਨੂੰ ਚਾ ਚੜ ਜਾਂਦਾ ਧੀਆਂ ਨੂੰ ਵੇਖ ਕੇ ਪਲਿਓ। ਬਾਬਲ ਦੇ ਵਿਹੜੇ ਨੀ ਸਈਆ ਪਿੱਪਲੀ ਦੀਆਂ ਛਾਵਾਂ ਨੀ, ਚਿੜਕਦੀਆਂ ਸੱਸਾਂ ਤੇ ਗਲ ਲਾਉਂਦੀਆਂ ਮਾਵਾਂ ਨੀ ਪਲਿਓ। ਬਾਬਲ ਦੇ ਵਿਹੜੇ ਨੀ ਸਈਆ ਝੂਟੀਆਂ ਪੀਂਗਾਨੀ, ਸਹੁਰੇ ਘਰ ਜਾ ਕੇ ਉੱਡੀਆਂ ਨੈਣਾ ਦੀਆਂ ਨੀਂਦਾਨੀ ਪਲਿਓ। ਵੀਰੇ ਨੇ ਸੱਦੀਆਂ ਪੈਣਾ ਚਿੱਠੀਆਂ ਤਾਂ ਭੇਜ ਕੇ, ਪਾਬੋ ਦੇ ਮੱਥੇ ਤਿਉੜੀ ਨਣਦਾ ਨੂੰ ਵੇਖ ਕੇ ਪਲਿਓ। ਚੱਕਦੇ ਨੀ ਚਰਖਾ ਪਾਬੋ ਸਾਂਭ ਨੀ ਪੂਣੀਆਂ, ਬਾਬਲ ਕਰਤੀਆਂ ਨੀ ਪਾਬੋ ਆਈਆਂ ਪਰਾਣੀਆਂ ਪਲਿਓ। ਸਾਉਣ ਮਹੀਨੇ ਸੁੱਕਣੇ ਪਾਉਣੀਆਂ ਖੇਸ ਵੇ, ਸਾਡਾ ਮਨ ਲੋਚੇ ਵੀਰਾ ਬਾਬਲ ਦੇ ਦੇਸ ਵੇ ਪਲਿਆ। ਸਾਉਣ ਮਹੀਨੇ ਸੁੱਕਣੇ ਪਾਵਾਂ ਦੁਸ਼ਾਲੇ ਮਾਵਾਂ ਦੇ ਲਾਡਿਵ ਵੀਰਾ ਲੱਭ ਦੇ ਨਾ ਪਾਲੇ ਵੇ ਪਲਿਆ।
ਖਿੜਕੀ ਨਾ ਪਾਬੋ ਅਸੀਂ ਤੇਰੇ ਸਾਰੇ ਦੀਆਂ ਜਾਈਆਂ ਨੀ ਪਲੀਏ ਚੌਂਕਾ ਵੀ ਤੇਰਾ ਨੀ ਪਾਬੋ ਕੋਠੀ ਵੀ ਤੇਰੀ ਜੋਗੀ ਦੀ ਫੇਰੀ ਨੀ ਪਲੀਏ ਬਾਬਲ ਨੇ ਸਦੀਆਂ ਤੀਆਂ ਚਿੱਠੀਆਂ ਤਾਂ ਭੇਜ ਕੇ ਮਾਵਾਂ ਨੂੰ ਚਾ ਚੜ ਜਾਂਦਾ ਤੀਆਂ